ਜੀ ਹੋਇਆ ਕੀ ਤੁਹਾਡੇ ਨਾਲ? ਭਾਜੀ ਮੇਰੇ ਨਾਲ ਵਾਰਦਾਤ ਹੋਈ ਹੈ, ਫੋਨ ਖੋ ਕੇ ਲੈ ਗਏ ਮੇਰਾ। ਅੱਛਾ ਜੀ, ਪਰਸਨ ਮੇਰੇ 10,000 ਰੁਪਏ ਜੇਬ ਮੇਰੇ ਕੈਸ਼ ਸੀਗਾ ਜਿਹੜਾ ਮਾਲਕ ਕੋਲ ਲੈ ਕੇ ਆਇਆ। ਕਿੱਥੋਂ ਆ ਕਿੱਥੋਂ ਰਹੇ ਤੁਸੀਂ? ਭਾਜੀ ਬੱਸ ਸਟੈਂਡ ਤੋਂ ਆਇਆ ਭਾਜੀ। ਅੱਛਾ ਬੱਸ ਤੇ ਸੀ? ਡੇਲੀ ਆਣਾ, ਡੇਲੀ ਆਣਾ ਭਾਜੀ ਮੈਂ। ਬੱਸ ਤੋਂ ਉਤਰੇ ਸੀ ਤੁਸੀਂ? ਬੱਸ ਤੋਂ ਉਤਰਿਆ ਮੈਂ ਅੰਦਰ ਐਂਟਰ ਹੋਇਆ, ਨਾਲ ਮੇਰੇ ਨਾਲ ਵਾਰਦਾਤ ਹੋਈ। ਤੇ ਕਿੰਨੇ ਪੈਸੇ ਲੈ ਗਏ ਤੇ? 10,000 ਸੀ ਮੇਰੇ ਕੋਲ ਕੈਸ਼। ਠੀਕ ਹੈ, ਫੋਨ ਸੀਗਾ ਫੋਨ 'ਚ 800 ਰੁਪਈਆ, 700-800 ਮੇਰੇ ਫੋਨ ਦੇ। ਕਿਵੇਂ ਦੇ ਦਿਓ ਭਾਜੀ, ਇੰਨੀ ਰੋਡ ਚੱਲਦੀ ਹੈ ਫਿਰ ਵੀ ਕਿਵੇਂ ਦੇ ਦਿਓ? ਕੋਈ ਪੁਲਸਾ ਡਰ ਨਹੀਂ ਲੋਕਾਂ ਨੂੰ? ਖੜੇ ਆ ਆਪਾਂ, ਠੀਕ ਨਾ, ਇਹਨੇ 'ਚ ਕੁਛ ਨਹੀਂ ਹੋਣਾ, ਤੁਸੀਂ ਚਲੇ ਗਏ ਨਾ, ਬਾਤ ਕੋਈ ਟਾਈਮ ਦਾ ਕੁਛ ਨਹੀਂ ਪਤਾ ਕਦੋਂ ਕੀ ਹੋ ਜਾਏ ਕਿਸੇ ਨੂੰ। ਮੈਂ ਸੁਣਿਆ ਸੀ ਕੀ ਕੰਮ ਕੀ ਕਰਦੇ ਤੁਸੀਂ? ਮੈਂ ਟੇਲਰ ਦਾ ਕੰਮ ਭਾਜੀ ਮੇਰਾ। ਟੇਲਰ ਦਾ ਕੰਮ ਹੈ ਤੇ ਕੰਮ ਤੋਂ ਆ ਰਹੇ ਸੀਗੇ? ਮੈਂ ਕੰਮ ਤੋਂ ਆ ਰਿਹਾ ਡੇਲੀ। ਭਾਈ ਟੇਲਰ ਦਾ ਕੰਮ ਕਿੱਥੇ ਤੁਹਾਡਾ? ਮੇਰਾ ਬੱਸ ਸਟੈਂਡ ਭਾਜੀ। ਠੀਕ ਹੈ, ਬੱਸ ਸਟੈਂਡ ਟੇਲਰ ਦਾ ਕੰਮ ਹੈ। ਪਰ ਕਿਵੇਂ ਦੇ ਦੋ ਕਿ ਮਿਹਨਤੀ ਇਨਸਾਨ ਹੋ ਤੁਸੀਂ ਫਿਰ ਵੀ ਇਦਾਂ ਹੋ ਰਿਹਾ? ਭਾਜੀ ਮਿਹਨਤੀ ਇਨਸਾਨ ਉਹੀ ਹੁੰਦਾ ਜਿਹੜੇ ਚੋਰ ਚੱਕਰ ਉਹਨਾਂ, ਮਿਹਨਤ ਉਹਨਾਂ ਦੀ, ਸਾਡੀ ਮਿਹਨਤ ਕੋਈ ਨਹੀਂ ਹੈ। ਦਿਨ ਭਰ ਦਿਨ ਮਿਹਨਤ ਉਹਨਾਂ ਦੀ ਹੈ, ਮਿਹਨਤ ਉਹਨਾਂ ਦੀ ਹੈ, ਸਾਡੀ ਮਿਹਨਤ। 10,000 ਕੈਸ਼ ਤੇ ਇੱਕ ਫੋਨ ਲੈ ਗਏ ਬੰਦੇ ਬੰਦੇ ਕਿੰਨੇ? ਭਾਜੀ ਬੰਦੇ ਦੋ ਜਣੇ ਸੀਗੇ ਭਾਜੀ। ਮੁੰਨੇ ਸੀ, ਸਰਦਾਰ ਸੀ? ਮੁੰਨੇ ਸੀ ਭਾਜੀ। ਮੂੰਹ ਬੰਨਿਆ ਹੋਇਆ ਸੀ ਉਹਨਾਂ? ਨਹੀਂ ਮੂੰਹ ਨਹੀਂ ਬੰਨਿਆ ਭਾਜੀ। ਅੱਛਾ, ਸ਼ਰੇ ਆਮ ਹੀ ਮਤਲਬ? ਸ਼ਰੇ ਆਮ ਮਤਲਬ ਹਥਿਆਰ ਵੀ ਸੀਗਾ ਭਾਜੀ? ਹਥਿਆਰ ਵੀ ਸੀ ਭਾਜੀ। ਹਥਿਆਰ ਦਾ ਮੈਂ ਕੀ ਕਹਿਣਾ ਹੁਣ, ਜਦੋਂ ਮੈਂ ਫੜੇ ਜਾਂਦੇ ਹਥਿਆਰ ਨਾਲ ਕੁੱਟਮਾਰ ਵੀ ਕੀਤੀ? ਮੇਰੇ ਹੱਥ ਪਾਇਆ ਉਹਨਾਂ ਨੇ ਚੱਕ ਕੇ, ਨਹੀਂ ਹੱਥ ਆਏ ਮੇਰੇ, ਤੁਹਾਡੇ ਨੇ ਕੁੱਟਮਾਰ ਵੀ? ਸਕ੍ਰੈਚ ਨਜ਼ਰ ਆਉਂਦੇ ਹੁਣ ਤੁਹਾਨੂੰ ਇੱਥੇ? ਅੱਛਾ ਜੀ, ਮੈਨੂੰ ਬੱਸ ਤੋਂ ਉਤਰਨਾ ਦੇਖੋ ਜੀ, ਕਿੰਨੇ ਹਾਲਾਤ ਮਾੜੇ ਆ, ਕੀ ਕਰ ਰਹੇ? ਹਾਂਜੀ ਮਾੜੇ ਆ, ਕੀ ਕਰਦੇ ਆ? ਕੋਈ ਕੈਮਰੇ ਵਗੈਰਾ ਦੇਖੇ ਸਰ, ਕਿੱਥੋਂ ਆਏ ਬੰਦੇ, ਕੌਣ ਹੈ? ਸੱਚੂ ਸਾਹਿਬ ਖੋਡਾ ਆਏ ਨੇ। ਅੱਛਾ ਜੀ, ਕਰਦੇ ਆ ਚੱਕ। ਪਰ ਕਿ ਸਰ ਗਸ਼ਤ ਨਹੀਂ ਵਧਾਈ ਜਾ ਰਹੀ, ਕੀ ਕਾਰਨ ਕੀ ਹੈ ਜੀ ਇਦਾਂ ਦੀਆਂ ਲੁੱਟਾਂ ਰੋਜ਼ ਹੋ ਰਹੀਆਂ ਜੀ ਲੋਕਾਂ ਦੇ ਨਾਲ, ਰੋਜ਼ ਲੋਕ ਲੁੱਟੇ ਜਾ ਰਹੇ ਆ? ਕੋਈ ਗੱਲ ਨਹੀਂ ਯਾਰ, ਹੁਣ ਮਗਰ ਮਗਰ ਨਾ ਲੁੱਟੇ ਜਾ ਰਹੇ ਸਰ। ਦੱਸ ਦਿਓ ਜੀ ਫਿਰ, ਕੀ ਦੱਸੋ? ਨਹੀਂ ਮਗਰ ਨਾ ਆਈਏ ਤਾਂ ਪੁੱਛੀ ਨਾ, ਤੁਹਾਨੂੰ ਸਵਾਲਾਂ ਕਰੀਏ ਕੀ ਕਰਦੇ? ਨਹੀਂ ਨਹੀਂ ਤੁਸੀਂ ਕਹਿੰਦੇ ਮਗਰ ਨਾ, ਤੁਸੀਂ ਆਪ ਹੀ ਅੱਗੇ ਅੱਗੇ ਭੱਜੀ ਜਾਂਦੇ ਹੋ, ਤੋੜ ਦਈਏ ਪਹਿਲਾਂ? ਨਹੀਂ ਤੋੜਨਾ ਉਹ ਤਾਂ ਚਲੋ ਚਲੇ ਹੀ ਜਾਣੇ ਜੀ, ਉਹਨਾਂ ਦੇ ਜਿਹਦੇ ਦਾ ਲੋਟੋ ਜੀ ਉਹਨੇ ਤਾਂ ਆਪੇ ਤੁਰ ਜਾਣਾ ਸਰ, ਬੰਦੇ ਫੜੇ ਜਾਣੇ ਜੀ। ਸਰ ਕਿੰਨੀ ਟੋਟਲ ਲੁੱਟ ਕਿੰਨੀ ਹੈ? ਤੇ ਕਿੰਨੇ ਪੈਸੇ ਲੈ ਗਏ ਤੇ? 10,000 ਸੀ ਮੇਰੇ ਕੋਲ ਕੈਸ਼। ਠੀਕ ਹੈ, ਫੋਨ ਸੀਗਾ ਫੋਨ 'ਚ 800 ਰੁਪਈਆ, 700-800 ਮੇਰੇ ਫੋਨ ਦੇ। ਕਿਵੇਂ ਦੇਖ ਦਿਓ ਭਾਈ, ਇੰਨੀ ਰੋਡ ਚੱਲਦੀ ਹੈ ਫਿਰ ਵੀ ਕਿਵੇਂ ਦੇ ਦਿਓ? ਕੋਈ ਪੁਲਸਾ ਡਰ ਨਹੀਂ ਲੋਕਾਂ ਨੂੰ? ਖੜੇ ਆ ਆਪਾਂ, ਠੀਕ ਨਾ, ਇਹਨੇ 'ਚ ਕੁਛ ਨਹੀਂ ਹੋਣਾ, ਤੁਸੀਂ ਚਲੇ ਗਏ ਨਾ, ਬਾਤ ਕੋਈ ਟਾਈਮ ਦਾ ਕੁਛ ਨਹੀਂ ਪਤਾ ਕਦੋਂ ਕੀ ਹੋ ਜਾਏ ਕਿਸੇ ਨੂੰ। ਮੈਂ ਸੁਣਿਆ ਸੀ ਕੀ ਕੰਮ ਕੀ ਕਰਦੇ ਤੁਸੀਂ? ਮੈਂ ਟੇਲਰ ਦਾ ਕੰਮ ਭਾਜੀ ਮੇਰਾ। ਟੇਲਰ ਦਾ ਕੰਮ ਹੈ ਤੇ ਕੰਮ ਤੋਂ ਆ ਰਹੇ ਸੀਗੇ? ਮੈਂ ਕੰਮ ਤੋਂ ਆ ਰਿਹਾ ਡੇਲੀ। ਭਾਈ ਟੇਲਰ ਦਾ ਕੰਮ ਕਿੱਥੇ ਤੁਹਾਡਾ? ਮੇਰਾ ਬੱਸ ਸਟੈਂਡ ਭਾਜੀ। ਠੀਕ ਹੈ, ਬੱਸ ਸਟੈਂਡ ਟੇਲਰ ਦਾ ਕੰਮ ਹੈ। ਪਰ ਕਿਵੇਂ ਦੇ ਦਿਓ ਕਿ ਮਿਹਨਤੀ ਇਨਸਾਨ ਹੋ ਤੁਸੀਂ ਫਿਰ ਵੀ ਇਦਾਂ ਹੋ ਰਿਹਾ? ਭਾਜੀ ਮਿਹਨਤੀ ਇਨਸਾਨ ਉਹੀ ਹੁੰਦਾ ਜਿਹੜੇ ਚੋਰ ਚੱਕਰ ਉਹਨਾਂ, ਮਿਹਨਤ ਉਹਨਾਂ ਦੀ, ਸਾਡੀ ਮਿਹਨਤ ਕੋਈ ਨਹੀਂ ਹੈ। ਦਿਨ ਭਰ ਦਿਨ ਮਿਹਨਤ ਉਹਨਾਂ ਦੀ ਹੈ, ਮਿਹਨਤ ਉਹਨਾਂ ਦੀ ਹੈ, ਸਾਡੀ ਮਿਹਨਤ। 10,000 ਕੈਸ਼ ਤੇ ਇੱਕ ਫੋਨ ਲੈ ਗਏ ਬੰਦੇ ਬੰਦੇ ਕਿੰਨੇ? ਭਾਜੀ ਬੰਦੇ ਦੋ ਜਣੇ ਸੀਗੇ ਭਾਜੀ। ਮੁੰਨੇ ਸੀ, ਸਰਦਾਰ ਸੀ? ਮੁੰਨੇ ਸੀ ਭਾਜੀ। ਮੂੰਹ ਬੰਨਿਆ ਹੋਇਆ ਸੀ ਉਹਨਾਂ? ਨਹੀਂ ਮੂੰਹ ਨਹੀਂ ਬੰਨਿਆ ਭਾਜੀ। ਅੱਛਾ, ਸ਼ਰੇ ਆਮ ਹੀ ਮਤਲਬ? ਸ਼ਰੇ ਆਮ ਮਤਲਬ ਹਥਿਆਰ ਵੀ ਸੀਗਾ ਭਾਜੀ? ਹਥਿਆਰ ਵੀ ਸੀ ਭਾਜੀ। ਹਥਿਆਰ ਦਾ ਮੈਂ ਕੀ ਕਹਿਣਾ ਹੁਣ, ਜਦੋਂ ਮੈਂ ਫੜੇ ਜਾਂਦੇ ਹਥਿਆਰ ਨਾਲ ਕੁੱਟਮਾਰ ਵੀ ਕੀਤੀ? ਮੇਰੇ ਹੱਥ ਪਾਇਆ ਉਹਨਾਂ ਨੇ ਚੱਕ ਕੇ, ਨਹੀਂ ਹੱਥ ਆਏ ਮੇਰੇ, ਤੁਹਾਡੇ ਨੇ ਕੁੱਟਮਾਰ ਵੀ? ਸਕ੍ਰੈਚ ਨਜ਼ਰ ਆਉਂਦੇ ਹੁਣ ਤੁਹਾਨੂੰ ਇੱਥੇ? ਅੱਛਾ ਜੀ, ਮੈਨੂੰ ਬੱਸ ਤੋਂ ਉਤਰਨਾ ਦੇਖੋ ਜੀ, ਕਿੰਨੇ ਹਾਲਾਤ ਮਾੜੇ ਆ, ਕੀ ਕਰ ਰਹੇ? ਹਾਂਜੀ ਮਾੜੇ ਆ, ਕੀ ਕਰਦੇ ਆ? ਕੋਈ ਕੈਮਰੇ ਵਗੈਰਾ ਦੇਖੇ ਸਰ, ਕਿੱਥੋਂ ਆਏ ਬੰਦੇ, ਕੌਣ ਹੈ? ਸੱਚੂ ਸਾਹਿਬ ਖੋਡਾ ਆਏ ਨੇ। ਅੱਛਾ ਜੀ, ਕਰਦੇ ਆ ਚੱਕ। ਪਰ ਕਿ ਸਰ ਗਸ਼ਤ ਨਹੀਂ ਵਧਾਈ ਜਾ ਰਹੀ, ਕੀ ਕਾਰਨ ਕੀ ਹੈ ਜੀ ਇਦਾਂ ਦੀਆਂ ਲੁੱਟਾਂ ਰੋਜ਼ ਹੋ ਰਹੀਆਂ ਜੀ ਲੋਕਾਂ ਦੇ ਨਾਲ, ਰੋਜ਼ ਲੋਕ ਲੁੱਟੇ ਜਾ ਰਹੇ ਆ? ਕੋਈ ਗੱਲ ਨਹੀਂ ਯਾਰ, ਹੁਣ ਮਗਰ ਮਗਰ ਨਾ ਲੁੱਟੇ ਜਾ ਰਹੇ ਸਰ। ਦੱਸ ਦਿਓ ਜੀ ਫਿਰ, ਕੀ ਦੱਸੋ? ਨਹੀਂ ਮਗਰ ਨਾ ਆਈਏ ਤਾਂ ਪੁੱਛੀ ਨਾ, ਤੁਹਾਨੂੰ ਸਵਾਲਾਂ ਕਰੀਏ ਕੀ ਕਰਦੇ? ਨਹੀਂ ਨਹੀਂ ਤੁਸੀਂ ਕਹਿੰਦੇ ਮਗਰ ਨਾ, ਤੁਸੀਂ ਆਪ ਹੀ ਅੱਗੇ ਅੱਗੇ ਭੱਜੀ ਜਾਂਦੇ ਹੋ, ਤੋੜ ਦਈਏ ਪਹਿਲਾਂ? ਨਹੀਂ ਤੋੜਨਾ ਉਹ ਤਾਂ ਚਲੋ ਚਲੇ ਹੀ ਜਾਣੇ ਜੀ, ਉਹਨਾਂ ਦੇ ਜਿਹਦੇ ਦਾ ਲੋਟੋ ਜੀ ਉਹਨੇ ਤਾਂ ਆਪੇ ਤੁਰ ਜਾਣਾ ਸਰ, ਬੰਦੇ ਫੜੇ ਜਾਣੇ ਜੀ। ਸਰ ਕਿੰਨੀ ਟੋਟਲ ਲੁੱਟ ਕਿੰਨੀ ਹੈ? ਬੜੀ ਵੱਡੀ ਅਮਾਊਂਟ ਹੁੰਦੀ ਹੈ, ਪਰ ਤੁਸੀਂ ਬੜੀ ਲਾਈਟਲੀ ਲੈ ਰਹੇ ਨਾ ਸੀ ਨੂੰ, ਕਿ 10,000 ਰੁਪਈਆ ਕਹਿ ਰਿਹਾ, ਫੋਨ ਕਹਿ ਰਿਹਾ।
ਹਾਂਜੀ।